जंगली सूर नू मारे गया है कि जेड़े मारन वाले ने वह भी इस पिंड दे दसे जा रहे हैं। हाँ जी सर, की नाम है तुहाडा? गुलाबगिर। सर, दौलतपुर जेड़ा जंगली सूर मारे आया, इस बारे की कहना चाहते हो? ਇਹਦੇ ਬਾਰੇ ਤਾਂ ਜੀ ਅਸੀਂ ਤਾਂ ਪਹੁੰਚਿਆ ਮੌਕੇ ਤੇ, ਉਸ ਟਾਈਮ ਤੋਂ ਮਾਰੇ ਪਿਆ ਸੀ। ਸਰ, ਕਿਹੜਾ ਪਿੰਡ ਆ ਤੁਹਾਡਾ? ਦੌਲਤਪੁਰ ਦੇ ਹੀ ਆ ਤੁਸੀਂ? ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜੀ ਗੁਰਧਿਆਨਗਿਰ ਜੀ। ਕਿਹੜਾ ਪਿੰਡ ਆ ਸਰ? ਮੇਰਾ ਦੌਲਤਪੁਰ ਫਕੀਰ ਆ ਜੀ। ਸਰ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਇਹੀ ਕਹਿਣਾ ਚਾਹੁੰਦਾ, ਜਦੋਂ ਨਾ ਮੈਂ ਸਵੇਰੇ ਡਿਊਟੀ ਤੇ ਜਾ ਰਿਹਾ ਸੀ, ਆਪਣੇ ਕੰਮ ਤੇ ਜਾ ਰਿਹਾ ਸੀ, ਦੁਕਾਨ ਖੋਲਣ ਲਈ ਜਾ ਰਿਹਾ ਸੀ, ਉੱਥੇ ਮੈਂ ਮੋੜ ਤੇ ਖੜਿਆ ਸੀ ਤੇ ਉੱਥੇ ਕੁਝ ਬੰਦੇ ਜਿਨ੍ਹਾਂ ਦਾ ਨਾਮ ਸੁਖਦੇਵ ਗਿਰ, ਨੀਰਜ ਗਿਰ ਤੇ ਤਰਸੇਮ ਗਿਰ ਨੰਬਰਦਾਰ ਹੈ, ਜਿਹੜੇ ਉੱਥੇ ਘੱਟੋ ਘੱਟ 5-6 ਜਣੇ ਉੱਥੇ ਮੌਕੇ 'ਤੇ ਇੱਕ ਸੂਰ ਨੂੰ ਮਾਰਨ ਲੱਗ ਰਹੇ ਸੀ, ਡੰਡਿਆਂ ਨਾਲ ਅਤੇ ਗਣਾਸੀਆਂ ਨਾਲ ਜੀ। ਸਰ, ਤੁਸੀਂ ਦੇਖਿਆ ਆਪਣੇ ਅੱਖਾਂ? ਦੇਖਿਆ? ਹਾਂ ਜੀ, ਮੇਰੇ ਸਾਹਮਣੇ ਮਾਰੇ, ਬਿਲਕੁਲ। ਮੈਂ ਜਾ ਰਿਹਾ ਸੀ ਉੱਥੇ ਐਨ ਮੌਕੇ, ਮੈਂ ਉਹਨਾਂ ਦੀ ਵੀਡੀਓ ਵੀ ਬਣਾਈ ਜਦੋਂ ਮਾਰ ਕੇ ਉਹ ਆ ਰਹੇ ਸੀ, ਮੇਰੇ ਕੋਲ ਉਹਨਾਂ ਦਾ ਇੱਕ ਵੀਡੀਓ ਸ਼ੂਟ ਵੀ ਆ, ਸਾਰਾ ਕੁਛ ਹੈ ਜੀ ਮੇਰੇ ਕੋਲ। ਹਾਂਜੀ ਸਰ, ਕੀ ਨਾਮ ਹੈ ਤੁਹਾਡਾ? ਕਿਹੜਾ ਪਿੰਡ ਹੈ ਸਰ ਤੁਹਾਡਾ? ਦੌਲਤਪੁਰ ਫਕੀਰਾਂ ਜੀ। ਸਰ, ਇਹ ਜਿਹੜਾ ਜੰਗਲੀ ਸੂਰ ਮਾਰਿਆ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸੀਂ ਇਹਨਾਂ ਨੂੰ ਫੋਨ ਕੀਤਾ ਸੀ ਜੰਗਲਾਤ ਵਾਲਾ, ਇਹਨਾਂ ਨੇ ਮਾਰਿਆ, ਜਿਹੜਾ ਇਹਨਾਂ ਬੰਦਿਆਂ ਨੇ ਜਿਹੜਾ ਨਾਮ ਲਿਖਾਇਆ ਸਾਰਿਆਂ ਦੇ ਇਹਨਾਂ ਦੇ। ਸਰ, ਕਿਹਦੇ ਕਿਹਦਾ ਨਾਮ ਲਿਖਾਇਆ ਦੱਸ ਸਕਦੇ ਹੋ? ਇਹਦਾ ਇੱਕ ਨੀਰਜ ਕੁਮਾਰ ਹੋ ਗਿਆ ਜੀ, ਅਤੇ ਆਪਣਾ ਤਰਸੇਮ ਗਿਰ ਲੰਬੜਦਾਰ, ਇੱਕ ਸੁੱਖਾ ਜੀ। ਸਰ, ਜਦੋਂ ਹੋਰ ਵੀ ਨੇ ਬੰਦੇ, 7-8 ਬੰਦੇ। ਇਹ ਸੂਰ ਸਰ ਜਦੋਂ ਮਾਰਿਆ ਗਿਆ, ਉਸ ਟਾਈਮ ਤੁਸੀਂ ਉੱਥੇ ਮੌਜੂਦ ਸੀ? ਨਹੀਂ ਜੀ, ਮੇਰਾ ਬੇਟਾ ਗਿਆ ਸੀ ਉੱਥੇ, ਖੇਤ 'ਚ ਉਹਨਾਂ ਨੇ ਫੋਨ ਕੀਤਾ ਸਾਨੂੰ, ਕਹਿੰਦੇ ਇੱਦਾਂ ਕਰਕੇ ਸੂਰ ਮਾਰਿਆ ਉਹਨਾਂ ਨੇ, ਇਹਨਾਂ ਨੇ ਡੰਡਿਆਂ ਨਾਲ ਸੂਰ ਮਾਰਿਆ, ਘੇਰ ਕੇ ਫੜ ਕੇ ਇਹਦੇ ਪਿੱਛੋਂ ਗਿਆ ਸੀ, ਚਿਹਰਾ ਭੱਜਿਆ ਨੱਠੇ ਦੇ ਹੱਥ ਬਾਹਰ ਰਹਿ ਕੇ। ਇਹ ਸਰ ਕਿੰਨੇ ਕੁ ਵਜੇ ਦੀ ਗੱਲ ਹੈ, ਦੱਸ ਸਕਦੇ ਹੋ? ਸਵੇਰੇ ਹੋਏਗਾ ਕੋਈ 8:30 ਦਾ ਟਾਈਮ ਜੀ। ਸਰ, ਉਹ ਜਿਹੜੇ ਬੰਦਿਆਂ ਨੇ ਮਾਰਿਆ ਸੀ, ਜਿਨ੍ਹਾਂ ਬਾਰੇ ਤੁਸੀਂ ਕਹਿ ਰਹੇ ਹੋ, ਉਸ ਟਾਈਮ ਕਿੱਥੇ ਨੇ ਸਰ? ਉਹ ਉੱਥੇ ਜੀ ਖੇਤ ਸਾਰੇ ਜੀ, ਬਾਕੀ ਸਾਰੇ ਕੱਪੜੇ ਕੁਪੜੇ ਲਿਬੜੇ, ਸਾਰੇ ਘਰ ਆ ਰਹੇ ਸੀਗੇ ਚਲੇ, ਅਤੇ ਬਾਕੀ 2 ਬੰਦੇ ਉੱਥੇ ਮੌਕੇ 'ਤੇ ਉੱਥੇ ਬੋਰਡ 'ਤੇ ਬੈਠੇ ਨੇ, ਕਿਤੇ ਨਹੀਂ ਗਏ। ਹਾਂਜੀ ਹਾਂ ਜੀ। ਮੈਮ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜੀ ਜਮਨਾ ਦੇਵੀ, ਮੈਂ ਇਸ ਪਿੰਡ ਦੀ ਮੌਜੂਦਾ ਸਰਪੰਚ ਹੈ ਜੀ। ਜਿਹੜਾ ਜੰਗਲੀ ਸੂਰ ਮਾਰਿਆ ਗਾ ਜੀ, ਉਹ ਜਦੋਂ ਰੌਲਾ ਪਿਆ ਅਤੇ ਮੈਂ ਬਾਹਰ ਵੱਗੀ ਅਤੇ ਜਦੋਂ ਦੇਖਿਆ ਇਹ 7-8 ਜਣੇ ਜੀ ਲੱਗ ਰਹੇ ਸੀਗੇ ਮਾਰਨ, ਜੇ ਕਿਹਾ ਤਾਂ ਜੀ ਉਲਟਾ ਸਾਡੇ ਗੱਲ ਪੈ ਗਈ। ਇਹ 7-8 ਜਣੇ ਕਿਹੜੇ ਸੀ ਮੈਮ, ਦੱਸ ਸਕਦੇ ਕੀ ਨਾਮ ਉਹਨਾਂ ਦਾ? ਹਾਂ, ਇੱਕ ਤਾਂ ਨੀਰਜ ਸੀਗਾ ਜੀ, ਅਤੇ ਇੱਕ ਤਰਸੇਮ ਗਿਰ, ਅਤੇ ਇੱਕ ਮਿੱਠੂ ਗਿਰ, ਇੱਕ ਟਿੰਕੂ ਗਿਰ, ਅਤੇ ਇੱਕ ਹੋਰ ਘੁੰਨੇ ਦਾ ਨਾਮ ਕੀ ਹੈ ਸੁਖਦੇਵ ਗਿਰ। ਮੈਮ, ਜਿਹੜੇ ਬੰਦਿਆਂ ਦਾ ਤੁਸੀਂ ਨਾਮ ਲੈ ਰਹੇ ਹੋ, ਇਸੀ ਪਿੰਡ ਦੇ ਨੇ? ਹਾਂਜੀ, ਪਿੰਡ ਦੇ ਹੈ ਜੀ ਇਹ। ਹਾਂਜੀ ਸਰ, ਇਹ ਜਿਹੜਾ ਦੌਲਤਪੁਰ ਜੰਗਲੀ ਸੂਰ ਮਾਰਿਆ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਅਸੀਂ ਹਰਜੀਤ ਸਿੰਘ, ਚੌਂਕੀ ਇੰਚਾਰਜ ਭੁਨੇੜੇ, ਥਾਣਾ ਸਦਰ ਪਟਿਆਲਾ ਪਿੰਡ ਹੈ ਸਾਨੂੰ। ਸਾਡੇ ਕੋਲ ਜੰਗਲਾਤ ਮਹਿਕਮੇ ਨੇ ਐਪਲੀਕੇਸ਼ਨ ਦਿੱਤੀ ਹੈ ਜੀ ਜੀ, ਉਹਦੀ ਪੜਤਾਲ ਕਰਕੇ ਜੋ ਬਣਦੀ ਕਾਰਵਾਈ ਕਰਾਂਗੇ, ਕੋਈ ਗੱਲ ਨਹੀਂ, ਮਤਾ ਕੋਈ ਕਾਨੂੰਨ ਜੋ ਬਣਦੀ ਕਾਰਵਾਈ ਹੈ ਉਹ ਅਮਲ 'ਚ ਲਿਆਂਦੀ ਜਾਊਗੀ।